ਹਾਂਜੀ ਸਰ, ਕੀ ਮਾਮਲਾ ਜਿਹੜਾ ਇਹ ਮਾਨਯੋਗ ਸੀ ਪੀ ਸਾਹਿਬ ਦੀ ਰਹਿਨੁਮਾਈ ਹੇਠ ਸਾਡੀ ਨੌਰਥ ਸਬ ਡਿਵੀਜ਼ਨ ਦੀ ਪੁਲਿਸ ਨੇ ਇੱਕ ਵੱਡੀ ਅਚੀਵਮੈਂਟ ਕੀਤੀ ਹੈ, ਜਿਸ ਦੇ ਵਿੱਚ ਜਿਹੜੀ ਸਬਜ਼ੀ ਮੰਡੀ ਮਕਸੂਦਾ ਗੋਲੀ ਚੱਲੀ ਸੀ, ਜਿਸ ਦੇ ਬਾਰੇ ਪਹਿਲਾਂ ਕਿਹਾ ਜਾਂਦਾ ਸੀ ਕਿ ਸ਼ਾਇਦ ਲੁੱਟ ਖੋਹ ਦੀ ਵਾਰਦਾਤ ਹੈ, ਉਹਨੂੰ ਟਰੇਸ ਕਰਕੇ ਦੋਨੋਂ ਦੋਸ਼ੀ ਗ੍ਰਿਫਤਾਰ ਕੀਤੇ ਔਰ ਉਹਨਾਂ ਕੋਲ ਦੋਨਾਂ ਕੋਲੋਂ 32 ਬੋਰ ਦੇ ਪਿਸਟਲ ਇਲੀਗਲ ਬਰਾਮਦ ਕੀਤੇ, ਨਾਲ 2 ਕਾਰਤੂਸ ਬਰਾਮਦ ਕੀਤੇ ਲਾਈਵ, ਅਤੇ ਉਹ ਕੇਸ ਨੂੰ ਟਰੇਸ ਕੀਤਾ ਜੀ। ਸਰ, ਲੁੱਟ ਖੋਹ ਦੀ ਵਾਰਦਾਤ ਕਰਨਾ ਸੀ ਉੱਥੇ ਕੁਛ ਨਹੀਂ ਜੀ, ਉਹਨਾਂ ਦਾ ਇੱਥੇ ਰੇਹੜੀ ਦੇ ਉੱਤੇ ਕੁਛ ਸਨੈਕਸ ਖਾਂਦੇ ਹੋਏ ਝਗੜਾ ਹੋਇਆ ਸੀ ਦੋ ਬੰਦਿਆਂ ਦਾ, ਉਹਨੇ ਆਪਣੇ ਸਾਥੀ ਬੁਲਾ ਲਏ ਅਤੇ ਉਸ ਦੇ ਵਿੱਚ ਉਹਨਾਂ ਨੇ ਆ ਕੇ ਇੱਕ ਬੰਦਾ ਜਿਹੜਾ ਸੀਗਾ ਜਿਹਦੇ ਨਾਲ ਲੜਾਈ ਹੋ ਰਹੀ ਸੀ ਉਹਦੇ ਗੋਲੀ ਮਾਰ ਦਿੱਤੀ। ਲੜਾਈ ਦਾ ਕਾਰਨ ਕੀ ਸੀ ਸਰ? ਲੜਾਈ ਦਾ ਕਾਰਨ ਇਹ ਸੀਗਾ ਜੀ ਕਿ ਉੱਥੇ ਇੱਕ ਜਿਹੜੀ ਵੈਨ ਨਿਕਲੀ ਸੀ, ਉਹਨਾਂ ਨੇ ਕਿਹਾ ਇਸ ਊਧਮ ਸਿੰਘ ਜਿਹੜਾ ਉੱਥੇ ਖਾ ਰਿਹਾ ਸੀ ਸਨੈਕਸ, ਉਹਨੇ ਕਿਹਾ ਕਿ ਤੁਸੀਂ ਫਰੀਕੁਐਂਟ ਚੱਕਰ ਲਗਾ ਕੇ ਇੱਥੇ ਚੋਰੀਆਂ ਬਹੁਤ ਹੋਣ ਲੱਗੀਆਂ। ਹਾਂ, ਤੋ ਜਿਹੜਾ ਉੱਥੇ ਦੂਸਰਾ ਲੜਕਾ ਖੜਾ ਸੀ ਪੁਲਿਸ ਪੈਂਤ ਆ ਕੇ ਚਲੀ ਗਈ, ਅਤੇ ਦੂਸਰਾ ਲੜਕਾ ਸੀ ਉਹਨੂੰ ਲੱਗਿਆ ਕਿ ਸ਼ਾਇਦ ਇਹ ਮੇਰੇ ਉੱਤੇ ਕਮੈਂਟ ਕੀਤਾ, ਉਹਨੇ ਆਪਣੇ ਬ੍ਰਦਰ ਨੂੰ ਬੁਲਾ ਲਿਆ ਜਿੱਥੇ ਆਲਰੇਡੀ ਇੱਕ ਚੋਰੀ ਦਾ ਪਰਚਾ ਦਰਜ ਹੈ, ਔਰ ਉਹ ਦੋ ਜਣੇ ਸੀਗੇ ਦੋਨਾਂ ਨੇ ਆ ਕੇ ਦੂਸਰੇ ਦੇ ਉੱਤੇ ਆਲਰੇਡੀ 3 ਮੁੱਦ ਕਰ ਪੁਰਾਣੀ ਰੰਜਿਸ਼ ਤਾਂ ਨਹੀਂ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼? ਹੁਣ ਤਫਤੀਸ਼ ਚਾਹੇਗਾ ਜੀ, ਕਿਉਂਕਿ ਆਪਸ 'ਚ ਪੁਰਾਣੀ ਰੰਜਿਸ਼ ਹਾਲੇ ਤੱਕ ਤਾਂ ਕੋਈ ਇਹ ਸਾਬਿਤ ਨਹੀਂ। ਲੁੱਟ ਖੋਹ ਮੁਕੱਦਮੇ ਹੈਗੇ ਜਿਹੜੇ ਕਿਹਨਾਂ ਨੇ ਗੋਲੀ ਚਲਾਈ? ਨਹੀਂ, ਲੜਾਈ ਝਗੜੇ ਦੇ ਮੁਕੱਦਮੇ ਹੈਗੇ ਜੀ। ਗਨਸ਼ੋਟ ਜਿਹੜਾ ਹੋਇਆ ਇਹ ਮਰਡਰ ਲਈ ਹੋਇਆ ਜਾਂ ਵੈਸੇ ਚੱਲ ਗਈ ਗੋਲੀ? ਨਹੀਂ, ਗੋਲੀ ਮਾਰੀ ਗਈ ਹੈ ਜੀ, ਚੱਲੀ ਨਹੀਂ ਮਰਡਰ ਦੇ। ਹਾਂ, ਗੋਲੀ ਮਾਰੀ ਉਹਦੇ ਹੱਥ 'ਚ ਲੱਗੀ। ਉਹ ਆਏ ਸੀਗੇ ਜੀ, ਬੁਲਾਇਆ ਗਿਆ ਸੀ ਉਹਨਾਂ ਨੂੰ।